ਹੋ ਗਈ ਮਿੱਤਰੋ, ਅੱਜ ਆਪਾਂ ਬਣਾਵਾਂਗੇ ਗੁੜ ਵਾਲੀਆਂ ਸੇਵੀਆਂ। ਪਹਿਲਾਂ ਤਾਂ ਆਪਾਂ ਗੁੜ ਨੂੰ ਗਰਮ ਕਰ ਲਾਂਗੇ। ਤੁਸੀਂ ਦੇਖ ਲਿਓ ਜਿੰਨੀਆਂ ਕੁ ਸੇਵੀਆਂ ਬਣਾਉਣੀਆਂ ਉਸ ਹਿਸਾਬ ਨਾਲ ਗੁੜ ਕਪਾ ਲਿਓ, ਪਾਣੀ ਦੇ ਵਿੱਚ ਗਰਮ ਧਰ ਦਿਓ, ਇਹਨੂੰ ਉਬਲ ਦਿਓ, ਪੂਰਾ ਖੁਰਨ ਦਿਓ। ਉਸ ਤੋਂ ਬਾਅਦ ਦੂਜੇ ਪਾਸੇ ਆਪਾਂ ਤੜਕਾ ਲਾਵਾਂਗੇ ਦੇਸੀ ਘਿਓ ਪਾ ਕੇ, ਵਿੱਚ ਥੋੜ੍ਹਾ ਬਹੁਤਾ ਸਮਾਨ ਜਿਵੇਂ ਕਿ ਦੱਸਦਿਆਂ ਸਾਨੂੰ, ਜਿਵੇਂ ਲੌਂਗ, ਇਲਾਇਚੀਆਂ ਪਾ ਲਈਆਂ ਗਿਰਾਂ ਮਾੜੀਆਂ ਮੋਟੀਆਂ ਪਾ ਕੇ, ਤਾਂ ਖੁਸ਼ਬੂ ਲਈ ਪਾਉਣੀ ਆ ਆਪਾਂ, ਕੋਈ ਜ਼ਿਆਦਾ ਦਿਖਾਵਾ ਨਹੀਂ ਕਰਨਾ। ਕਰ ਲਿਓ ਤਾਂ ਦੋਸਤੋ, ਉਦੋਂ ਬਾਅਦ ਜਦੋਂ ਖੁਰ ਗਿਆ ਆਪਾਂ ਉਹਨੂੰ ਪਾਣੀ ਨੂੰ ਸਾਈਡ 'ਤੇ ਕਰ ਲਵਾਂਗੇ, ਜਿਹੜਾ ਆਪਣਾ ਖੁਰਾ, ਅਤੇ ਇਹਨੂੰ ਤੜਕਾ ਲਾ ਲਵਾਂਗੇ। ਤੜਕਾ ਮਾੜਾ ਮੋਟਾ ਮਤਲਬ ਕਿ ਛੇ ਕੁ ਜਿਹਾ ਲਵਾ ਲਵਾਂਗੇ। ਸੇਵੀਆਂ ਧਰਨ ਲਈ ਤਿਆਰ ਨੇ, ਇਦੋਂ ਬਾਅਦ ਦੇਖਦੇ ਹਾਂ ਅਗਲਾ ਪ੍ਰੋਸੈਸ। ਇਸ ਤੋਂ ਬਾਅਦ ਆਪਾਂ ਪੁਣ ਲਵਾਂਗੇ ਗੁੜ ਨੂੰ, ਉਹਦੇ ਵਿੱਚ ਹੀ ਸੁੱਟ ਦਾਂਗੇ। ਦੇਖਦੇ ਹੋ ਤੁਹਾਡਾ ਵੀ ਹੁੰਦਾ ਦੋਸਤੋ, ਕੁਛ ਨਹੀਂ ਹੁੰਦਾ। ਇਹਨੂੰ ਪੁਣ ਕੇ ਜਿਹੜਾ ਮਾੜਾ ਮੋਟਾ ਗੁੜ 'ਚ ਗੰਦ ਮੰਦ ਜਿਹਾ ਹੁੰਦਾ, ਉਹ ਪੁਣ ਵਿੱਚ ਰਹਿ ਜਾਂਦਾ, ਤਾਂ ਕਰਕੇ ਪੁਣ ਲਵਾਂਗੇ। ਥੋੜ੍ਹਾ ਬਹੁਤਾ ਜਿਹੜਾ ਅੱਗੇ ਲੱਗਿਆ ਹੁੰਦਾ ਉਹਦੇ ਨਾਲ, ਉਹਨੂੰ ਚਮਚਾ ਮਾਰ ਕੇ ਕੱਢ ਲਵਾਂਗੇ, ਤਾਂ ਕਿ ਆਪਾਂ ਚੰਗੀ ਤਰ੍ਹਾਂ ਗੁੜ ਨੂੰ ਸਾਰੇ ਨੂੰ ਇਹਦੇ ਵਿੱਚ ਪਾ ਸਕੀਏ। ਉਸ ਤੋਂ ਬਾਅਦ ਸੇਵੀਆਂ ਵਿੱਚ ਸੁੱਟ ਦਾਂਗੇ ਦੋਸਤੋ, ਫੇਰ ਪੁਣਕੇ ਵਿੱਚ ਸੁੱਟ ਦਾਂਗੇ, ਇਹਨੂੰ ਹਿਲਾ ਦਾਂਗੇ, ਮਿਕਸ ਕਰ ਦਾਂਗੇ, ਤਾਂ ਗੁੜ ਸਾਰੀਆਂ ਸੇਵੀਆਂ ਦੇ ਉੱਤੇ ਆ ਜਾਏ। ਇਹ 'ਚ ਦੇਸੀ ਘਿਓ ਪਾਇਆ ਹੋਇਆ ਪਹਿਲਾਂ, ਜਿਹੜਾ ਉੱਤੇ ਆਉਂਦਾ ਦੇਖਦਾ ਆਪਾਂ ਨੂੰ। ਇਦੋਂ ਬਾਅਦ ਦੋਸਤੋ ਥੋੜ੍ਹੇ ਟਾਈਮ ਲਈ ਆਪਾਂ ਇਹਨੂੰ ਢੱਕ ਕੇ ਰੱਖ ਲਵਾਂਗੇ। ਥੋੜ੍ਹਾ ਥੋੜ੍ਹਾ ਦੋਸਤੋ ਵਿੱਚ ਦੀ ਹਿਲਾਉਂਦੇ ਰਿਹਾ ਕਰੋ ਇਹਨੂੰ, ਬਸ ਕੋਈ ਵਾਹਲਾ ਟਾਈਮ ਨਹੀਂ ਲੈਂਦੀਆਂ ਉਹਨੂੰ ਬਣਨ ਨਾਲ। ਆਉਣ ਦੋ ਵਾਲੇ, ਵੈਸੇ ਤਾਂ ਇਹ ਸਰਦੀਆਂ 'ਚ ਖਾਣ ਦਾ ਵਾਹਲਾ ਨਜ਼ਾਰਾ ਆਉਂਦਾ, ਆਪਾਂ ਗਰਮੀਆਂ 'ਚ ਪੰਗਾ ਲੈ ਲਾ ਦੋਸਤੋ, ਪਰ ਫਿਰ ਵੀ ਅੱਜ ਕੱਲ੍ਹ ਕਾਹਦੀਆਂ ਗਰਮੀਆਂ ਸਰਦੀਆਂ, ਏ ਸੀ 'ਚ ਬੈਠ ਕੇ ਖਾਵਾਂਗੇ ਨਜ਼ਾਰੇ ਨਾਲ। ਦੂਜੇ ਪਾਸੇ ਦੋਸਤੋ ਆਥਣ ਲਈ ਭਿੰਡੀਆਂ ਤਿਆਰ ਕਰਦੇ ਹਾਂ, ਭਿੰਡੀਆਂ ਵੀ ਖਾਵਾਂਗੇ। ਇੱਥੇ ਜੇ ਪਹੁੰਚ ਗਈਆਂ ਦੋਸਤੋ ਆਪਣੀਆਂ, ਬਸ ਬਣਿਆ ਵਾਲਾ ਕੰਮ ਹੀ ਆ। ਤੁਸੀਂ ਜੇ ਇੰਨਾ ਕੁ ਪਾਣੀ ਰੱਖਣਾ ਵਿੱਚ, ਹੈ ਨਾ, ਉਸ ਹਿਸਾਬ ਨਾਲ ਦੇਖ ਲਓ, ਨਹੀਂ ਮੈਂ ਤਾਂ ਕਹਿੰਦਾ ਇੰਨਾ ਕੁ ਬਹੁਤ ਹੁੰਦਾ, ਤਾਂ ਇਦੋਂ ਬਾਅਦ ਖਾ ਕੇ ਆਪਦੇ ਨਜ਼ਾਰੇ ਲਿਓ ਦੋਸਤੋ। ਅਗਲੀ ਵੀਡੀਓ 'ਚ ਮਿਲਾਂਗੇ ਨਵੀਂ ਕੋਈ ਡਿਸ਼ ਨਾਲ, ਠੀਕ ਹੈ ਦੋਸਤੋ। ਤਿਆਰੀ ਨੇ ਆਪਦੇ ਹਿਸਾਬ ਨਾਲ, ਤੁਸੀਂ ਹੋਰ ਜ਼ਿਆਦਾ ਸੇਕ ਲਵਾ ਕੇ ਆਹ ਵੀ ਪਾਣੀ ਖਤਮ ਕਰ ਸਕਦੇ, ਮੈਂ ਤਾਂ ਥੋੜ੍ਹਾ ਜਿਹਾ ਰੱਖੂੰਗਾ, ਤਾਂ ਇਹਨੂੰ ਲਾ ਲਵਾਂਗੇ, ਠੀਕ ਹੈ ਦੋਸਤੋ। ਧੰਨਵਾਦ, ਅਗਲੀ ਵੀਡੀਓ 'ਚ ਮਿਲਦੇ ਹਾਂ।